ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਤੁਹਾਡਾ ਆਪਣਾ ਚੈਨਲ ਹੀ ਤਾਂ ਪੰਜਾਬੀ ਅ ਤੁਹਾਡਾ ਸਾਰਿਆਂ ਦਾ ਇਸ ਚੈਨਲ ਉਤੇ ਸਵਾਗਤ ਹੈ ਜੀ ਜਿਨ੍ਹਾਂ ਵੀ ਬੰਦਿਆਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਅਸੀਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਬੰਦਿਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਅਸੀਂ ਕੋਈ ਨਾ ਕੋਈ ਐਸੀ ਜਾਣਕਾਰੀ ਪਹੁੰਚਾਈਏ ਜੋ ਕਿ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ ਇਟਲੀ ਦੀ ਗਿਣਤੀ ਦੇਖਦੇ ਹਾਂ ਜੀ ਇਟਲੀ ਦੀ ਗਿਣਤੀ ਦੇਖੀ ਤਾਂ ਇਟਲੀ ਦੇ ਵਿੱਚ ਟੋਟਲ ਹੁਣ ਤੱਕ ਜਿਹੜੇ ਕੇਸ ਹੋਣ ਵਾਲੇ ਜੀ 139422 ਕੇਸ ਹੋ ਗਏ ਨੇ ਜਿਹਦੇ ਨਾਲ ਲਾਸਟਲੇ 24 ਘੰਟਿਆਂ ਦੇ ਵਿੱਚ 3836 ਕੇਸ ਐਕਸਟਰਾ ਵਧੇ ਨੇ ਜੀ ਠੀਕ ਹੋਣ ਵਾਲਿਆਂ ਦੀ ਗਿਣਤੀ ਬਹੁਤ ਹੀ ਪੋਜ਼ਿਟਿਵ ਚੀਜ਼ ਹੈ ਜੀ ਇੱਕ ਗੁੱਡ ਨਿਊਜ਼ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ 2099 ਤਕਰੀਬਨ 2100 ਬੰਦਾ ਲਾਸਟਲੇ 24 ਘੰਟਿਆਂ ਦੇ ਵਿੱਚ ਠੀਕ ਹੋਇਆ ਜੀ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ 542 ਜੋ ਕਿ ਜੇ ਅਸੀਂ ਲਾਸਟਲੇ 2 3 4 5 6 ਦਿਨਾਂ ਤੋਂ ਲਾਸਟਲੇ ਹਫਤੇ ਨੂੰ ਦੇਖੀਏ ਤਾਂ ਉਹਦੇ ਵਿੱਚ 542 600 ਤੋਂ ਪਹਿਲੀ ਵਾਰ ਥੱਲੇ ਆਈ ਹੈ ਜੀ ਲਾਸਟਲੇ ਹਫਤੇ ਦੇ ਵਿੱਚ 542 550 ਤੋਂ ਵੀ ਥੱਲੇ ਅੰਕੜੇ ਨੇ ਲਾਸਟਲੇ 24 ਘੰਟਿਆਂ ਵਿੱਚ 542 ਮਰ ਗਏ ਨੇ ਇਹਦੇ ਨਾਲ ਟੋਟਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ 17669 ਹੋ ਗਈ ਹੈ ਠੀਕ ਹੋਣ ਵਾਲਿਆਂ ਦੀ ਗਿਣਤੀ 26491 ਤੇ ਟੋਟਲ ਇਟਲੀ ਦੇ ਕੇਸ ਇਟ ਟੋਟਲ ਇਟਲੀ ਦੇ ਵਿੱਚ ਜਿਹੜੇ ਕੇਸ ਨੇ ਉਹਨੇ 1 13942 ਇਹਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਕੇਸ ਚੱਲਦੇ ਨੇ ਹੁਣ ਟੋਟਲ ਦੁਨੀਆ ਦੇ ਵਿੱਚ 14 1454179 ਜਿਹੜੇ ਕੇਸ ਪਹੁੰਚ ਗਏ ਨੇ ਤੇ ਅਮਰੀਕਾ ਦੇ ਵਿੱਚ ਇਸ ਟਾਈਮ ਜੋ ਰਿਕਾਰਡ ਕਰ ਰਹੇ ਆਂ ਜੀ 402000 823 ਸਪੇਨ ਦੇ ਵਿੱਚ 146690 ਜਰਮਨ ਦੇ ਵਿੱਚ 109702 ਚਾਈਨਾ ਵਿੱਚ 81800 ਫ੍ਰਾਂਸ ਦੇ ਵਿੱਚ 78167 ਇਰਾਨ ਦੇ ਵਿੱਚ 67286 ਤੋਂ ਉਸ ਤੋਂ ਬਾਅਦ ਬੈਲਜੀਅਮ ਦੇ ਵਿੱਚ 23403 ਕੇਸ ਨੇ ਤੋਂ ਉਸ ਤੋਂ ਬਾਅਦ ਆਪਣਾ ਇੰਡੀਆ ਪਾਕਿਸਤਾਨ ਵੱਲ ਚੱਲਦੇ ਹਾਂ ਜੀ ਇੰਡੀਆ ਦੇ ਵਿੱਚ 5274 ਕੇਸ ਸਾਹਮਣੇ ਆਏ ਤੇ ਪਾਕਿਸਤਾਨ ਦੇ ਵਿੱਚ 4183 ਟੋਟਲ ਕੇਸ ਨੇ ਇਟਲੀ ਦੀਆਂ ਸਟੇਟਾਂ ਦਾ ਦੇਖਦੇ ਹਾਂ ਜੀ ਲੁੰਬਰਡੀਆ ਦੇ ਵਿੱਚ ਟੋਟਲ 93 53414 ਇਮੀਲੀਆ ਰូមਾਨੀਆ 18234 ਕੇਸ 13883 ਜਿਹੜੇ ਕੇਸ ਨੇ ਇਹ ਜੀ ਆਪਣੇ ਵਿਮੁੰਤੀ ਦੇ ਵਿੱਚ ਨੇ ਵੇਨਿਟੋ ਦੇ ਵਿੱਚ 12410 ਟਸਕਾਨਾ 6383 ਮਾਰ ਕੇ 4859 ਲੀਗੂਰੀਆ 4906 ਲਾਟਸਿਓ 4260 ਤਰੇਂਟੋ 2602 ਕੰਪਨੀਆਂ ਦੇ ਵਿੱਚ 3268 ਕੰਪਨੀਆਂ ਤੋਂ ਬਾਅਦ ਪੂਲੀਆ ਦੇ ਵਿੱਚ ਆ ਗਏ ਨੇ 2634 ਜਿਹੜੇ ਪੂਲੀਆ ਫ੍ਰੀਲੀ ਬਣੇ ਚਾਹੇ ਗੋਲੀਆ ਜਿਹੜੇ 3218 ਜੇ ਕੱਲ ਨਾਲੋਂ ਦੇਖਦੇ ਆ ਤੁਹਾਨੂੰ ਇਹ ਵੀ ਦੇਖਦੇ ਆ ਕੱਲ ਦੇ ਨਾਲ ਕੀ ਫਰਕ ਪਿਆ ਜੀ 2168 ਸਿਚੀਲੀਆ ਅਬਰੂਤਸੋ ਦੇ ਵਿੱਚ ਦੇਖੀਦਾ ਅਬਰੂਤਸੋ ਦੇ ਵਿੱਚ 1859 1835 ਬੁਲਸਾਨ 1299 ਉੰਬਰੀਆ ਸਰਦੇਨੀਆ ਦੇ ਵਿੱਚ 975 859 ਕਲਾਬਰੀਆ ਵਾਲੇ ਦੋਸਤਾਂ ਦੇ ਵਿੱਚ 850 ਬਜ਼ਲੀਕਾਤਾ ਵਿੱਚ 297 ਅਤੇ ਮូលੀਜ਼ੇ ਦੇ ਵਿੱਚ 226 ਜਿਹੜੇ ਟੋਟਲ ਕੇਸ ਹੈ ਇਹਦੇ ਨਾਲ 12939422 ਟੋਟਲ ਇਟਲੀ ਦੇ ਵਿੱਚ ਕੇਸ ਹੋ ਜਾਂਦੇ ਨੇ ਲੰਬਰਦੀਆ ਦੇ ਵਿੱਚ 1099 ਕੇਸ ਨਵੇਂ ਆਏ ਜੀ ਲਾਸਟਲੇ 24 ਘੰਟਿਆਂ ਦੇ ਵਿੱਚ ਇਮੀਲੀਆ ਰੋਮਾਨੀਆ ਦੇ ਵਿੱਚ 409 ਨਵੇਂ ਕੇਸ ਆਏ ਨੇ 540 ਕੇਸ ਪੀਮੋਂਤੇ ਵਿੱਚ ਆਇਆ ਵੈਨੇਤੋ ਵਿੱਚ 485 ਨਵੇਂ ਕੇਸ ਆਏ ਨੇ ਤੇ 206 ਆਏ ਤੋਸਖਾਨਾ ਦੇ ਵਿੱਚ ਨਵੇਂ ਕੇਸ ਲਾਸਟੇ 24 ਘੰਟੇ ਨੇ ਸਾਵਨਾ ਲੰਬ੍ਰੇਤੇ ਦੇ ਵਿੱਚ ਇਸ ਟਾਈਮ ਟੋਟਲ 28545 ਬੰਦਾ ਠੀਕ ਹੈ ਜੀ ਇਮੀਜੀਲ ਰੋਮਾਨੀਆ ਵਿੱਚ 13110 ਤੇ ਟੋਟਲ ਇਸ ਟਾਈਮ ਜੇ ਦੇਖੀ ਜੀ 95262 ਬੰਦੇ ਪੋਜ਼ਿਟਿਵ ਚੱਲ ਰਹੇ ਨੇ ਇਟਲੀ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 63 63084 ਬੰਦਾ ਹਾਊਸ ਇਜ਼ੋਲੇਟਡ ਆ ਜੀ ਘਰਾਂ ਦੇ ਵਿੱਚ ਨਜ਼ਰਬੰਦਾ 3693 ਬੰਦੇ ਸੀਰੀਅਸ ਕੰਡੀਸ਼ਨਾਂ ਦੇ ਨਾਲ ਹਸਪਤਾਲ ਵਿੱਚ ਐਡਮਿਟ ਨੇ ਤੇ 28495 ਬੰਦੇ ਕਿਸੇ ਨਾ ਕਿਸੇ ਸਿੰਪਟਮ ਦੇ ਨਾਲ ਹਸਪਤਾਲਾਂ ਦੇ ਵਿੱਚ ਦਾਖਲ ਨੇ ਜੀ ਚਲੋ ਚੰਗਾ ਇਸ ਅਸੀਂ ਗੱਲ ਸਾਰਿਆਂ ਨੂੰ ਏਸੀ ਸਾਡਾ ਅੱਜ ਦਾ ਅਪਡੇਟ ਮਿਲਦੇ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਹ ਨਜ਼ਰ ਤੁਸੀਂ ਆਪਣਾ ਆਪਣੇ ਘਰ ਪਰਿਵਾਰ ਦਾ ਤੇ ਸਾਰਿਆਂ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ